ਇੰਝ ਲੱਗਦਾ ਹੈ ਕਿ ਇਹ ਇੱਕ ਮਾਨਸਿਕ ਪ੍ਰੋਬਲਮ ਹੈ, ਇਹਦੇ 'ਚ ਬੰਦਾ ਮਨ ਬਣਾਏ ਤਾਂ ਉਹ ਕਰ ਸਕਦਾ, ਉਹ ਵਿਲ ਪਾਵਰ ਦੇ ਨਾਲ ਆਪਣੇ ਆਪ ਨੂੰ ਠੀਕ ਕਰ ਸਕਦਾ। ਅਸਲ 'ਚ ਇੰਨੀ ਗੱਲ ਹੈਗੀ ਨਹੀਂ ਹੈ। ਜੇ ਅਸੀਂ ਤੁਸੀਂ ਦੇਖੋ ਤਾਂ ਸਾਡਾ ਮਾਇੰਡ ਅਤੇ ਸਾਡਾ ਦਿਮਾਗ ਨਾ, ਸਾਡਾ ਬ੍ਰੇਨ ਅਤੇ ਸਾਡਾ ਮਾਇੰਡ ਦੋਨੋਂ ਹੀ ਇਹਦੇ ਅੰਦਰ ਪਏ ਹੋਏ ਹੈ, ਅਤੇ ਸਾਨੂੰ ਹਮੇਸ਼ਾ ਕਨਫਿਊਜ਼ਨ ਜੀ ਰਹਿੰਦੀ ਹੈ, ਸਾਰੀ ਉਮਰ ਹੀ ਕਨਫਿਊਜ਼ਨ ਰਹਿੰਦੀ ਹੈ ਕਿ ਮਾਇੰਡ ਦੀ ਪ੍ਰੋਬਲਮ ਹੈ ਕਿ ਬ੍ਰੇਨ ਹੈ, ਬ੍ਰੇਨ ਮਾਇੰਡ 'ਚ ਹੁੰਦਾ ਕਿ ਮਾਇੰਡ ਬ੍ਰੇਨ 'ਚ ਹੁੰਦਾ, ਇਹ ਸਾਰਾ ਇੰਨਾ ਸਮਝਣਾ ਸੌਖਾ ਨਹੀਂ ਹੈਗਾ। ਪਰ ਜਿਨ੍ਹਾਂ ਨੂੰ ਅੱਜ ਕੱਲ੍ਹ ਕੰਪਿਊਟਰ ਦਾ ਪਤਾ ਹੈ ਨਾ, ਉਹਨਾਂ ਨੂੰ ਇਹ ਗੱਲ ਸਮਝ ਆ ਸਕਦੀ ਹੈ ਕਿ ਇੱਕ ਹਾਰਡਵੇਅਰ ਹੁੰਦਾ, ਇੱਕ ਸੌਫਟਵੇਅਰ ਹੁੰਦਾ, ਅਤੇ ਜਿਹੜਾ ਹਾਰਡਵੇਅਰ ਹੁੰਦਾ ਉਹਦੇ ਵਿੱਚ ਸੌਫਟਵੇਅਰ ਹੁੰਦਾ, ਪਰ ਹਾਰਡਵੇਅਰ ਨੂੰ ਤੁਸੀਂ ਹੱਥ 'ਚ ਫੜ ਸਕਦੇ ਹੋ, ਸੌਫਟਵੇਅਰ ਨੂੰ ਤੁਸੀਂ ਹੱਥ 'ਚ ਨਹੀਂ ਫੜ ਸਕਦੇ। ਇਸ ਤਰ੍ਹਾਂ ਬ੍ਰੇਨ ਨੂੰ ਤੁਸੀਂ ਹੱਥ 'ਚ ਫੜ ਸਕਦੇ ਹੋ, ਉਹ ਤੁਹਾਨੂੰ ਨਜ਼ਰ ਆਉਂਦਾ, ਸੌਫਟਵੇਅਰ ਉਹਦੇ ਅੰਦਰ ਹੈਗਾ ਇਹ ਨਹੀਂ ਪਤਾ ਲੱਗ ਸਕਦਾ। ਜਿੰਨੀ ਦੇਰ ਤੱਕ ਤੁਸੀਂ ਉਹਦੇ 'ਚ ਓਪਰੇਟਿੰਗ ਸਿਸਟਮ ਨੂੰ ਦੇਖਦੇ ਨਹੀਂ, ਉਹਨੂੰ ਚਲਾ ਕੇ, ਉਨੀ ਦੇਰ ਨਹੀਂ ਪਤਾ ਲੱਗਦਾ ਕਿ ਮਾਇੰਡ ਵਿੱਚ ਹੈਗਾ ਕਿ ਨਹੀਂ ਹੈਗਾ। ਅੱਛਾ ਹੁਣ ਦੇਖੋ, ਮੈਂ ਤੁਹਾਨੂੰ ਥੋੜ੍ਹਾ ਲੈ ਕੇ ਜਾਂਦਾ ਕਿ ਜੇ ਜਿਹੜੀ ਇਹ ਪ੍ਰੋਬਲਮ ਜਿੱਥੇ ਆਪਾਂ ਬੈਠੇ ਹਾਂ ਨਾ, ਇੱਥੇ ਸਾਰੀ ਬ੍ਰੇਨ ਦੀ ਰਿਪੇਅਰ ਹੋ ਰਹੀ ਹੈ, ਠੀਕ ਹੈ। ਬ੍ਰੇਨ ਦੀ ਰਿਪੇਅਰ ਕਿਉਂ ਹੋ ਰਹੀ ਹੈ? ਕਿਉਂਕਿ ਬ੍ਰੇਨ ਖਰਾਬ ਹੋ ਗਿਆ ਹੈ, ਠੀਕ ਹੈ। ਹੁਣ ਤੁਹਾਨੂੰ ਮੈਂ ਸਿੰਪਲ ਜੀ ਗੱਲ ਦੱਸਦਾ ਕਿ ਜੇ ਸਾਡਾ ਚੂਲਾ ਖਰਾਬ ਹੈ ਅਤੇ ਸਾਡੀ ਚੂਲੇ ਦੇ ਵਿੱਚ ਦਰਦ ਹੁੰਦੀ ਹੈ, ਅਤੇ ਉਹ ਜਿਹੜੀ ਨਾ ਸਾਡੀ ਇਨਫੋਰਮੇਸ਼ਨ ਜਾਂਦੀ ਹੈ ਮਾਇੰਡ ਕੋਲ, ਰਾਈਟ। ਜੇ ਸਾਡਾ ਗੋਡਾ ਖਰਾਬ ਹੈ ਤਾਂ ਇਨਫੋਰਮੇਸ਼ਨ ਕਿਹਦੇ ਕੋਲ ਜਾਂਦੀ ਹੈ? ਮਾਇੰਡ ਕੋਲ। ਮਾਇੰਡ ਕਹਿੰਦਾ ਵੀ ਤੇਰੇ ਦਰਦ ਹੋਣ ਡਈ ਹੈ। ਜੇ ਚੂਲਾ ਖਰਾਬ ਹੈ ਤਾਂ ਮਾਇੰਡ ਕਹਿੰਦਾ ਕਿ ਵੀ ਇਹਦਾ ਇਲਾਜ ਕਰਾ, ਤੂੰ ਆਰਥੋਪੈਡਿਕ ਹਸਪੀਟਲ ਜਾ ਅਤੇ ਇਹਦਾ ਇਲਾਜ ਕਰਾ। ਜੇ ਕਿਸੇ ਦੀ ਹਾਜਮਾ ਖਰਾਬ ਹੈ, ਜੇ ਕਿਸੇ ਦੀ ਸਟਮਕ ਖਰਾਬ ਹੈ, ਤਾਂ ਸਟਮਕ ਦੀ ਇਨਫੋਰਮੇਸ਼ਨ ਜਾਂਦੀ ਹੈ ਮਾਇੰਡ ਕੋਲ। ਮਾਇੰਡ ਕਹਿੰਦੀ ਹੈ, ਕਹਿੰਦਾ ਕਿ ਤੂੰ ਇਹਦੇ ਟ੍ਰੀਟਮੈਂਟ ਕਰਵਾ, ਤੇਰਾ ਮੈਦਾ ਖਰਾਬ ਹੈ, ਰਾਈਟ। ਜੇ ਸਾਡਾ ਹਾਰਟ ਖਰਾਬ ਹੈ, ਹਾਰਟ ਦੇ ਵਿੱਚ ਪੇਨ, ਚੈਸਟ 'ਚ ਪੇਨ ਹੁੰਦੀ ਹੈ, ਅਤੇ ਉਹਦੀ ਇਨਫੋਰਮੇਸ਼ਨ ਜਾਂਦੀ ਹੈ ਮਾਇੰਡ ਕੋਲ, ਅਤੇ ਮਾਇੰਡ ਕਹਿੰਦਾ ਹੈਗਾ ਕਿ ਤੇਰੇ ਚੈਸਟ 'ਚ ਪੇਨ ਹੁੰਦੀ ਹੈ, ਤੈਨੂੰ ਇਮੀਜੀਏਟਲੀ ਹੁਣੇ ਰਸ਼ ਕਰਕੇ ਆਪਣਾ ਹਾਰਟ ਦਾ ਟ੍ਰੀਟਮੈਂਟ ਕਰਾਉਣਾ ਚਾਹੀਦਾ, ਇਹ ਨਾ ਹੋਏ ਹਾਰਟ ਅਟੈਕ ਵੱਡਾ ਆ ਜੇ ਅਤੇ ਜਾਨ ਚਲੇ ਜਾਏ। ਇਸ ਤਰ੍ਹਾਂ ਜੇ ਲੰਗਸ ਦੀ ਪ੍ਰੋਬਲਮ ਆਉਂਦੀ ਹੈ ਤਾਂ ਬੰਦੇ ਨੂੰ ਖਾਂਸੀ ਆਉਂਦੀ ਹੈ, ਸਿਮਟਮਸ ਆਉਂਦੇ ਹੈ, ਅਤੇ ਉਹਦੇ ਐਕਸਪੈਕਟੋਰੇਸ਼ਨ ਆਉਂਦੀ ਹੈ, ਕੁਛ ਵੀ ਹੁੰਦਾ, ਅਤੇ ਉਹਦੀ ਇਨਫੋਰਮੇਸ਼ਨ ਜਾਂਦੀ ਹੈ ਮਾਇੰਡ ਕੋਲ। ਮਾਇੰਡ ਨੇ ਡਿਸੀਜ਼ਨ ਲੈਣਾ ਹੁੰਦਾ ਵੀ ਤੂੰ ਇਸ ਵੇਲੇ ਚੈਸਟ ਹੋਸਪਿਟਲ 'ਚ ਜਾ, ਜਾਂ ਚੈਸਟ ਐਂਡ ਟੀ ਬੀ ਹੋਸਪਿਟਲ ਜਾ, ਉੱਥੇ ਡਾਕਟਰ ਕੋਲ ਜਾ ਕੇ ਆਪਣਾ ਪੂਰਾ ਇਲਾਜ ਕਰਾ। ਜਦੋਂ ਚੈਸਟ ਅਤੇ ਟੀ ਬੀ ਹੋਸਪਿਟਲ ਜਾਂਦਾ, ਉਹ ਕਹਿੰਦਾ ਮੈਨੂੰ ਤਿੰਨ ਸਿਮਟਮ ਆਉਂਦੇ, ਇੱਕ ਤਾਂ ਖਾਂਸੀ ਮੈਂ ਜਦੋਂ ਨਹੀਂ ਚਾਹੁੰਦਾ ਉਦੋਂ ਵੀ ਆਈ ਜਾਂਦੀ ਹੈ, ਰਾਈਟ, ਇੱਕ ਬਲਗਮ ਆਈ ਜਾਂਦੀ, ਇੱਕ ਮੈਨੂੰ ਬੁਖਾਰ ਰਹਿੰਦਾ। ਉਹ ਕਹਿੰਦਾ ਕਿੰਨੀ ਦੇਰ ਤੋਂ ਹੈ? ਕਹਿੰਦਾ 5-7 ਮਹੀਨਿਆਂ ਤੋਂ। ਕਹਿੰਦਾ ਵੇਟ ਤੇਰਾ ਘਟਿਆ? ਕਹਿੰਦਾ ਹਾਂਜੀ ਵੇਟ ਘਟਿਆ। ਭੁੱਖ ਘਟੀ ਹੈ? ਕਹਿੰਦਾ ਹਾਂਜੀ ਭੁੱਖ ਵੀ ਘਟੀ ਹੈ। ਕਮਜ਼ੋਰੀ ਆ ਗਈ ਹੈ? ਕਹਿੰਦਾ ਹਾਂਜੀ ਕਮਜ਼ੋਰੀ ਆ ਗਈ ਹੈ, ਵੇਟ ਤਾਂ 10 ਕਿਲੋ ਘੱਟ ਗਿਆ। ਅੱਛਾ ਉਹ ਡਾਕਟਰ ਜਿਹੜਾ ਹੈਗਾ ਚੈਸਟ ਐਂਡ ਟੀ ਬੀ ਵਾਲਾ, ਉਹ ਕਹਿੰਦਾ ਕਿ ਚਲੋ ਇੱਕ ਐਕਸਰੇ ਕਰਾਉਣਾ ਪਊਗਾ। ਉਹ ਐਕਸਰੇ ਕਰਾਉਂਦਾ ਅਤੇ ਉਹਦੇ ਵਿੱਚ ਇੱਕ ਪਰਟੀਕੁਲਰ ਟਾਈਪ ਆਫ ਪੈਚ ਬਣਿਆ ਹੁੰਦਾ। ਉਹ ਪੈਚ ਦੇਖਦਿਆਂ ਸਾਰੀ ਉਹ ਕਹਿੰਦਾ ਕਿ ਬਈ ਆਪਾਂ ਬਲੱਡ ਟੈਸਟ ਵੀ ਕਰਾ ਲੈਂਦੇ ਹਾਂ। ਬਲੱਡ ਟੈਸਟਾਂ ਦੇ ਵਿੱਚ ਵੀ ਜਦੋਂ ਉਹ ਕਰਾਉਂਦਾ ESR ਜ਼ਿਆਦਾ ਆਉਂਦਾ, ਅਤੇ ਪਤਾ ਲੱਗ ਜਾਂਦਾ ਕਿ ਇਸ ਬੰਦੇ ਨੂੰ ਪੱਕਾ ਟੀ ਬੀ ਦੀ ਪ੍ਰੋਬਲਮ ਹੈਗੀ ਹੈ, ਡਾਇਗਨੋਸ ਹੋ ਗਿਆ। ਉਸ ਤੋਂ ਬਾਅਦ ਕਹਿੰਦਾ ਕਿ ਇਹ ਜਿੰਨਾ ਕੁ ਪ੍ਰੋਬਲਮ ਆਈ ਹੋਈ ਹੈ ਨਾ, 1-2 ਮਹੀਨੇ ਇਹਨੂੰ ਕਿਸੇ ਨਾਲ ਮਿਕਸਅਪ ਨਾ ਹੋਣ ਦਿਓ, ਇਕੱਲੇ ਇਕੱਲੇ ਰਹਿਣ ਦਿਓ, ਕਿਉਂਕਿ ਜਦੋਂ ਇਹ ਇਸ ਵੇਲੇ ਪੋਜ਼ਿਟਿਵ ਕੇਸ ਹੈ, ਜਿਹੜੀ ਬਲਗਮ ਇਹਦੇ ਵਿੱਚੋਂ ਆਏਗੀ ਉਹ ਕਿਸੇ ਨੂੰ ਹੋਰ ਵੀ ਟੀਬੀ ਕਰ ਸਕਦੀ ਹੈ, ਅਤੇ ਇਹਨੂੰ ਇਹ 3 ਦਵਾਈਆਂ ਚੱਲਣਗੀਆਂ, 6 ਮਹੀਨੇ ਚੱਲਣਗੀਆਂ। ਸਵੇਰੇ ਖਾਲੀ ਪੇਟ ਉੱਠਦਿਆਂ ਸਾਰ ਦਵਾਈਆਂ ਖਾਣੀਆਂ ਪੈਣਗੀਆਂ। ਅਤੇ ਉਹ ਕਹਿੰਦਾ ਨਹੀਂ ਜੀ, ਇਹ ਦਵਾਈਆਂ ਦੇ ਬੜੇ ਸਾਈਡ ਇਫੈਕਟ ਹੁੰਦੇ ਆ। ਉਹ ਕਹਿੰਦਾ ਹੁੰਦੇ ਹੋਣਗੇ ਸਾਈਡ ਇਫੈਕਟ। ਹੁਣ ਤੁਸੀਂ ਦੇਖ ਲਓ ਕਿ ਟੀਬੀ ਨਾਲ ਜਾਣਾ ਕਿ ਸਾਈਡ ਇਫੈਕਟਾਂ ਤੋਂ ਡਰਨਾ। ਉਹ ਕਹਿੰਦੇ ਸਾਈਡ ਇਫੈਕਟ ਕਿਉਂ ਹੋਣਗੇ? ਸਾਈਡ ਇਫੈਕਟ ਇਹ ਹੋ ਸਕਦੇ ਕਿ ਲਿਵਰ ਖਰਾਬ ਹੋ ਸਕਦਾ, ਪਰ ਇਹ ਹੈ ਵੀ ਜੇ ਜਾਨ ਬਚਾਉਣੀ ਹੈ ਤਾਂ ਫਿਰ ਲਿਵਰ ਨੂੰ ਇਸ ਵੇਲੇ ਪਿੱਛੇ ਛੱਡ ਦਿਓ, ਇਸ ਵੇਲੇ ਤੁਸੀਂ ਟੀਬੀ ਦਾ ਇਲਾਜ ਕਰਾਓ ਤਾਂ ਕਿ ਇਨਸਾਨ ਟੀਬੀ ਖਤਮ ਹੋ ਜਾਵੇ। ਕਿਉਂਕਿ ਟੀਬੀ ਜੇ ਰਹਿ ਗਈ ਨਾ ਵਿੱਚ, ਤਾਂ ਇਹਨੇ ਪੱਕਾ ਜਾਨ ਲੈ ਲੈਣੀ ਹੈ। ਲਿਵਰ ਦੇ ਖਰਾਬ ਹੋਣ ਦੇ ਚਾਂਸਿਸ 10% ਹੈ, ਉਹਨਾਂ ਦਵਾਈਆਂ ਦੇ ਨਾਲ ਲਿਵਰ ਦੇ ਖਰਾਬ ਹੋਣ ਦੇ ਚਾਂਸਿਸ 10% ਹੈ, ਪਰ ਜੇ ਟੀਬੀ ਦਾ ਇਲਾਜ ਪੂਰਾ ਨਾ ਹੋਇਆ ਤਾਂ 100% ਹੈ ਕਿ ਸਾਡਾ ਪੇਸ਼ੈਂਟ ਨਹੀਂ ਬਚੇਗਾ। ਠੀਕ ਹੈ ਨਾ ਡਾਕਟਰ ਸਾਹਿਬ, ਇਹੀ ਹੈ ਨਾ ਜੀ। ਹੁਣ ਇਹ ਫੈਸਲਾ ਕਿਹਨੇ ਲਿਆ ਕਿ 6 ਮਹੀਨੇ ਦਾ ਟ੍ਰੀਟਮੈਂਟ ਕਰਾਉਣਾ ਪੈਣਾ, ਅਤੇ ਜੇ 3 ਦਵਾਈਆਂ ਖਾਣੀਆਂ ਪੈਣੀਆਂ, ਈਵਨ ਇਫ ਲਿਵਰ ਖਰਾਬ ਵੀ ਹੋਏਗਾ, ਡਾਕਟਰ ਨੂੰ ਬਾਰ ਬਾਰ ਦਿਖਾਉਣਾ ਪੈਣਾ, ਐਕਸਰੇ ਹਰ ਮਹੀਨੇ ਬਾਅਦ ਕਰਾਉਣਾ ਪੈਣਾ, ਬਲਗਮ ਟੈਸਟ ਕਰਾਉਣੀ ਪੈਣੀ ਹੈ ਕਿ ਇਲਾਜ ਠੀਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਆਪਾਂ 6 ਮਹੀਨੇ ਦੇ ਵਿੱਚ ਕੋਈ ਲੈ ਸਕਦੇ ਹਾਂ ਕਿ ਨਹੀਂ ਜੀ ਆਹ ਨਹੀਂ ਕਰਨਾ ਅਤੇ ਆਹ ਨਹੀਂ ਕਰਨਾ, ਜਾਂ ਮਹੀਨੇ ਬਾਅਦ ਜਾਵਾਂਗੇ, 2 ਮਹੀਨੇ ਬਾਅਦ ਜਾਵਾਂਗੇ,
ਡਾਕਟਰ ਨੂੰ ਕਹਾ ਐਕਸਰੇ ਕਰਾਉਣਾ, ਨਹੀਂ ਜੀ ਅਸੀਂ ਐਕਸਰੇ ਨਹੀਂ ਕਰਾਉਣਾ, ਬਲਗਮ ਚੈੱਕ ਕਰਾਉਣੀ ਅਸੀਂ ਨਹੀਂ ਕਰਾਉਣੀ, ਨਹੀਂ ਕਰ ਸਕਦੇ। ਇਹ ਕੌਣ ਕਰਦਾ ਪਿਆ? ਮਾਈਂਡ। ਅੱਜ ਹੁਣ ਬ੍ਰੇਨ ਖਰਾਬ ਹੈ, ਤੁਸੀਂ ਇੰਨੇ ਔਰਗਨਸ ਮੈਂ ਤੁਹਾਨੂੰ ਗਿਣਾਤੇ ਹੈ, 10 ਔਰਗਨ ਹੈ ਜਿਹੜੇ ਕਿ ਮਾਈਂਡ ਨੂੰ ਇੱਕ ਇਨਫੋਰਮੇਸ਼ਨ ਭੇਜਦੇ ਹੈ ਵੱਖਰੇ ਵੱਖਰੇ ਤਰੀਕਿਆਂ ਨਾਲ, ਅਤੇ ਬ੍ਰੇਨ ਕਹਿੰਦਾ, ਮਾਈਂਡ ਕਹਿੰਦਾ ਹੈ ਕਿ ਬਈ ਆਹ ਕਰਨਾ ਪਊਗਾ। ਉਹ ਫਿਰ ਡਾਕਟਰ ਕੋਲ ਜਾਂਦੇ ਆ, ਡਾਕਟਰ ਅੱਗੋਂ ਜੋ ਸਲਾਹ ਦਿੰਦਾ ਉਹ 100% ਮੰਨੀ ਜਾਂਦੀ ਹੈ, ਕਿਉਂਕਿ ਮਾਈਂਡ ਨੇ ਇੱਕ ਫੈਸਲਾ ਲੈ ਲਿਆ ਕਿ ਆਪਾਂ ਇਸ ਬਿਮਾਰੀ ਤੋਂ ਆਪਣੇ ਆਪ ਨੂੰ ਬਚਾਉਣਾ ਕਿਵੇਂ ਹੈ। ਹੁਣ ਬ੍ਰੇਨ ਅਤੇ ਮਾਈਂਡ ਦਾ ਰਿਲੇਸ਼ਨ ਆ ਜਾਓ, ਹੁਣ ਜਿੱਥੇ ਲੰਗ ਸੀਗੇ ਉੱਥੇ ਹੁਣ ਬ੍ਰੇਨ ਨੂੰ ਰੱਖ ਲਓ, ਰਾਈਟ। ਹੁਣ ਇਸ ਵੇਲੇ ਲੰਗਸ ਨਹੀਂ ਖਰਾਬ ਹੈਗੇ, ਇਸ ਵੇਲੇ ਬ੍ਰੇਨ ਖਰਾਬ ਹੈ। ਹੁਣ ਕੀ ਕਰਦਾ ਪਿਆ ਕਿ ਬ੍ਰੇਨ ਮਾਈਂਡ ਨੂੰ ਕਹਿ ਰਿਹਾ ਕਿ ਮੈਂ ਖਰਾਬ ਹਾਂ ਅਤੇ ਮੈਂ ਹੁਣ ਮੇਰੇ ਕੋਲੋਂ ਬਚ ਕੇ ਰਹੀ, ਕਿਉਂਕਿ ਮੇਰੇ ਅੰਦਰ ਐਕਸਟਰਾਆਰਡਨਰੀ ਤਾਕਤ ਆ ਗਈ ਹੈ, ਤੇਜ਼ੀ ਆ ਗਈ ਹੈ, ਅਤੇ ਮੈਂ ਹੁਣ ਸਾਰੀਆਂ ਚੀਜ਼ਾਂ ਨੂੰ ਤਹਿਸ ਨਹਿਸ ਕਰ ਸਕਦਾ। ਮਾਈਂਡ ਕਹਿੰਦਾ ਵੀ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ, ਤੂੰ ਮੈਨੂੰ ਗੱਲ ਕਹਿਤੀ ਹੈ, ਮੈਨੂੰ ਆਪਣਾ ਹੱਲ ਕਰ ਲੈਣ ਦੇ। ਬ੍ਰੇਨ ਕਹਿੰਦਾ ਇਸ ਤਰ੍ਹਾਂ ਨਹੀਂ ਹੁੰਦਾ ਜੀ, ਮੈਂ ਤਾਂ ਹੈਗਾ ਹੁਣ ਖਰਾਬ, ਮੇਰੇ 'ਚ ਇੰਨੀ ਤਾਕਤ ਆਈ ਹੋਈ ਹੈ ਕਿ ਮੈਂ ਇੱਕ ਨੋਰਮਲ ਇਨਸਾਨ ਵਾਂਗੂ ਨਹੀਂ ਹਾਂ, ਮੈਂ ਤਾਂ ਹੁਣ ਬਹੁਤ ਤਾਕਤਵਰ ਹਾਂ, ਮੇਰੇ ਅੰਦਰ ਤਾਂ ਜਾਨਵਰ ਦੀ ਕੈਫੀਅਤ ਆ ਗਈ ਹੈ, ਮੇਰੇ ਅੰਦਰ ਤਾਂ ਇਸ ਵੇਲੇ ਹਾਥੀ ਸ਼ੇਰ ਅਤੇ ਐਨੀਮਲਸ ਵਾਲੀ ਤਾਕਤ ਹੈ, ਮੈਂ ਤੈਨੂੰ ਕੀ ਸਮਝਦਾ, ਤੂੰ ਮਾਈਂਡ ਹੈਗਾ ਇਨਸਾਨ ਦਾ, ਮੇਰੇ ਕੋਲ ਤਾਕਤ ਆਈ ਹੈ ਜਾਨਵਰ ਦੀ। ਹੁਣ ਉਹ ਕੀ ਕਹਿ ਰਿਹਾ, ਬ੍ਰੇਨ ਮਾਈਂਡ ਨੂੰ ਕਹਿ ਰਿਹਾ ਕਿ ਤੂੰ ਪਰੇ ਹਟ ਜਾ। ਮਾਈਂਡ ਕਹਿੰਦਾ ਵੀ ਠੀਕ ਹੈ, ਮੇਰੇ ਕੋਲ ਗਲਤੀ ਹੋ ਗਈ, ਮੈਂ ਕਿਸੇ ਵੇਲੇ ਨਸ਼ਾ ਕੀਤਾ ਸੀਗਾ, ਮੈਂ ਸੋਚਿਆ ਸੀਗਾ ਕਿ ਇਹਦੇ ਨਾਲ ਮੈਂ ਤੇਰਾ ਫਾਇਦਾ ਕਰ ਸਕੂੰਗਾ, ਕਿਉਂਕਿ ਮੂਡ ਜਿਹੜੇ ਆ ਉਹ ਬ੍ਰੇਨ ਦੇ ਵਿੱਚ ਪੈਦਾ ਹੁੰਦੇ ਆ, ਅਤੇ ਮਾਈਂਡ ਨੇ ਸੋਚਿਆ ਕਿ ਬ੍ਰੇਨ ਦਾ ਮੂਡ ਖਰਾਬ ਰਹਿੰਦਾ ਅਤੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰ ਲਈਏ ਤਾਂ ਕਿ ਬ੍ਰੇਨ ਦੇ ਮੂਡ ਨੂੰ ਠੀਕ ਕੀਤਾ ਜਾ ਸਕੇ। ਸ਼ਾਰਟ ਟਰਮ 'ਚ ਕੰਮ ਕਰ ਗਿਆ, ਹੌਲੀ ਹੌਲੀ ਕਰਦਾ ਕੀ ਹੋਇਆ ਕਿ ਉਹਦੇ ਮੂਡ ਨੂੰ ਠੀਕ ਕਰਦਾ ਕਰਦਾ ਮਾਈਂਡ ਜਿਹੜਾ ਸੀਗਾ ਉਹ ਘਟਦਾ ਗਿਆ ਪਾਵਰ 'ਚ, ਅਤੇ ਬ੍ਰੇਨ ਜਿਹੜਾ ਉਹ ਪਾਵਰ ਵੱਧਦੀ ਗਈ। ਇੱਥੇ ਪਹਿਲਾ ਐਕਸੀਡੈਂਟ ਹੋਇਆ, ਪਹਿਲਾ ਐਕਸੀਡੈਂਟ ਲਾਈਫ ਦੇ ਵਿੱਚ ਇੱਥੇ ਹੋਇਆ ਜਦੋਂ ਕਿ ਬ੍ਰੇਨ ਨੇ ਕੋਸ਼ਿਸ਼ ਕੀਤੀ, ਜਿਵੇਂ ਬ੍ਰੇਨ ਕੋਸ਼ਿਸ਼ ਕਰਕੇ ਬਾਕੀ ਔਰਗਨਸ ਨੂੰ ਠੀਕ ਕਰਦਾ ਨਾ, ਇਸ ਤਰ੍ਹਾਂ ਹੀ ਮਾਈਂਡ ਨੇ ਕੋਸ਼ਿਸ਼ ਕੀਤੀ ਕਿ ਮੈਂ ਇਹੋ ਜਿਹਾ ਕੋਈ ਕੰਮ ਕਰਾਂ, ਸ਼ਾਰਟ ਟਰਮ ਫੋਕਸ ਜਾਂ ਕੋਈ ਵੀ ਕੰਮ ਕਰਾਂ ਜਿਹੜਾ ਬਾਹਰੋਂ ਕੋਈ ਚੀਜ਼ ਵਰਤ ਕੇ ਅਤੇ ਬ੍ਰੇਨ ਦੇ ਮੂਡ ਨੂੰ ਠੀਕ ਕਰ ਲਵਾਂ। ਪਰ ਜਦੋਂ ਇਹ ਪ੍ਰੋਸੈਸ ਚੱਲਿਆ ਅਤੇ ਉਹਦੇ 'ਚ ਹੋਇਆ ਕਿ ਬ੍ਰੇਨ ਜਿਹੜਾ ਸੀਗਾ ਉਹ ਇੰਨਾ ਤਕੜਾ ਬਣ ਗਿਆ ਅਤੇ ਬਿਮਾਰ ਹੋ ਗਿਆ, ਉਹਨੇ ਅੱਜ ਕਹਿਤਾ ਕਿ ਹੁਣ ਮਾਈਂਡ ਮਾਲਕ ਨਹੀਂ ਹੈਗਾ, ਹੁਣ ਬ੍ਰੇਨ ਮਾਲਕ ਬਣ ਗਿਆ, ਉਹ ਵੀ ਬਿਮਾਰ ਦਿਮਾਗ। ਹੁਣ ਮਾਲਕ ਬਿਮਾਰ ਦਿਮਾਗ ਬਣ ਗਿਆ ਅਤੇ ਮਾਈਂਡ ਜਿਹੜਾ ਪਹਿਲਾਂ ਮਾਸਟਰ ਹੁੰਦਾ ਸੀਗਾ ਉਹ ਹੁਣ ਅੱਜ ਸਰਵੈਂਟ ਬਣ ਗਿਆ। ਇਹ ਕੰਮ ਉਲਟੀ ਗੰਗਾ ਚੱਲ ਪਈ ਹੁਣ, ਠੀਕ ਹੈ ਨਾ। ਗੰਗਾ ਠੀਕ ਹੀ ਚੱਲਣੀ ਸੀ ਕਿ ਮਾਈਂਡ ਤੋਂ ਕਮਾਂਡ ਜਾਣ ਬ੍ਰੇਨ ਨੂੰ, ਅਤੇ ਮਾਈਂਡ ਜਿਹੜਾ ਕਮਾਂਡ ਕਰੇ ਮਾਸਟਰ ਮਾਈਂਡ ਅਤੇ ਬ੍ਰੇਨ ਉਹਦੀ ਗੱਲ ਮੰਨੇ। ਅੱਜ ਦੇ ਦਿਨ 'ਚ ਸਾਡੇ ਨਾਲ ਕੀ ਹੋਇਆ, ਜਿੰਨੇ ਵੀ ਆਪਾਂ ਇੱਥੇ ਬੰਦੇ ਬੈਠੇ ਹਾਂ, ਭਾਵੇਂ ਕਿਸੇ ਨੇ ਡਰੱਗਸ ਕੀਤੀਆਂ ਭਾਵੇਂ ਨਹੀਂ ਕੀਤੀਆਂ, ਕਮਾਂਡ ਉਲਟੀ ਜਾ ਰਹੀ ਹੈ ਕਿ ਬ੍ਰੇਨ ਕਹਿੰਦਾ ਹੈ ਕਿ ਮਾਈਂਡ ਨੂੰ ਮੈਂ ਕੁਛ ਨਹੀਂ ਸਮਝਦਾ, ਜੋ ਮੇਰੇ ਦਿਮਾਗ ਦੇ ਵਿੱਚ ਇਸ ਵੇਲੇ ਭਰਿਆ ਹੋਇਆ, ਜੋ ਮੇਰੇ ਅੰਦਰ ਫਾਈਲਾਂ ਪਈਆਂ ਹੋਈਆਂ ਛੋਟੇ ਹੁੰਦਿਆਂ ਤੋਂ ਲੈ ਕੇ ਬਚਪਨ ਤੋਂ ਲੈ ਕੇ, ਅੱਜ ਉਹੀ ਮੇਰੀ ਪ੍ਰੋਪਰਟੀ ਹੈ, ਮੈਂ ਉਹਦੇ ਹਿਸਾਬ ਨਾਲ ਚੱਲੂੰਗਾ, ਮਾਈਂਡ ਮੈਨੂੰ ਡਾਇਰੈਕਟ ਕਰਨ ਵਾਲਾ ਕੁਛ ਨਹੀਂ ਹੁੰਦਾ। ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ ਮਨ ਪੱਕਾ ਕਰ, ਮਨ ਮਨ ਨੂੰ ਸਮਝਾ, ਤੈਨੂੰ ਅਸੀਂ ਸਮਝਾਉਣ ਡੇ ਹਾਂ। ਕਿਹਨੂੰ ਸਮਝਾਉਣ ਡੇ ਹੋ ਤੁਸੀਂ? ਉਸ ਬੰਦੇ ਨੂੰ ਜਿਹੜਾ ਕਿ ਇਸ ਵੇਲੇ ਜਿਹਦੀ ਹੈਸੀਅਤ ਹੀ ਕੋਈ ਨਹੀਂ, ਮਾਈਂਡ ਦੀ ਇਸ ਵੇਲੇ ਕੋਈ ਹੈਸੀਅਤ ਨਹੀਂ ਹੈਗੀ। ਇਸ ਵੇਲੇ ਸਾਰੀ ਦੀ ਸਾਰੀ ਹੈਸੀਅਤ ਕਿਹਦੇ ਕੋਲ ਹੈ? ਪ੍ਰਾਈਮ ਮਿਨਿਸਟਰ ਸਾਹਿਬ ਗਏ, ਡਿਕਟੇਟਰ ਆ ਗਿਆ, ਹੁਣ ਤੁਸੀਂ ਰਿਕੁਐਸਟ ਕਿਹਨੂੰ ਕਰਨ ਡਏ ਹੋ, ਸਮਝਾ ਕਿਹਨੂੰ ਰਹੇ ਹੋ? ਮਾਈਂਡ ਪ੍ਰਾਈਮ ਮਿਨਿਸਟਰ ਨੂੰ। ਪ੍ਰਾਈਮ ਮਿਨਿਸਟਰ ਦੀ ਤਾਕਤ ਹੋਏ ਤਾਂ ਤੁਸੀਂ ਉਹਨੂੰ ਸਮਝਾਓ ਨਾ।